ਅਤੇ ਪੇਸ਼ੀ ਪਵਾਇਆ ਕਰੂੰਗਾ ਵੀ ਜੱਜ ਸਾਹਿਬ ਮਹਿਰਾਂ ਨੂੰ ਨਾ ਛੱਡੋ, ਇਹਨਾਂ ਦੇ ਮੇਰੇ ਕੋਲ ਸੁੱਖ ਵਿਲਾਸ ਦੇ ਵੀ ਪਏ ਨੇ ਕਾਗਜ਼, ਇਹਨਾਂ ਦੀਆਂ ਬੱਸਾਂ ਦੇ ਵੀ ਆ ਗਏ ਮੇਰੇ ਕੋਲ, ਇਹਨਾਂ ਦੇ ਹੋਟਲਾਂ ਦੇ ਵੀ ਆ ਗਏ, ਇਹਨਾਂ ਦਾ ਜੋ ਇੱਧਰੋਂ ਉੱਧਰੋਂ ਮਜੀਠੀਏ ਜੇ ਜੋ ਰਲ ਮਿਲ ਕੇ ਇਹਨਾਂ ਨੇ ਪੰਜਾਬ ਲੁੱਟਿਆ, ਸਾਰੇ ਕਾਗਜ਼ ਮੇਰੇ ਕੋਲ ਨੇ। ਚੱਲ ਬੁਲਾ ਮਿੱਤਰਾ ਮੈਨੂੰ ਕੋਰਟ 'ਚ, ਕਿਉਂਕਿ ਇਹ ਲੋਕਾਂ ਦੇ ਵਿਰੁੱਧ ਜਾਊਗਾ ਆਪਦੀ, ਮੈਂ ਲੋਕਾਂ ਦੇ ਹੱਕ ਜਾਊਂਗਾ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ। ਸਹੀ ਹੈ ਨਾ? ਤੀਰਥ ਯਾਤਰਾ 'ਤੇ ਕਹਿੰਦੇ ਤੀਰਥ ਯਾਤਰਾ ਵਾਸਤੇ ਤੈਨੂੰ ਟ੍ਰੇਨਾਂ ਨਹੀਂ ਦੇਣੀਆਂ, ਉਹ 2.25 ਕਰੋੜ ਰੇਲਵੇ ਵੱਲ ਪੈਸੇ ਦਿੱਤੇ ਹੋਏ ਨੇ ਆਪਾਂ ਸਾਰੀ ਤੀਰਥ ਯਾਤਰਾ ਵਾਸਤੇ ਨਾ, ਨੰਦੇੜ ਸਾਹਿਬ, ਹਜ਼ੂਰ ਸਾਹਿਬ, ਪਟਨਾ ਸਾਹਿਬ ਅਤੇ ਵਾਰਾਣਸੀ ਅਤੇ ਅਜਮੇਰ, ਇਹਨਾਂ ਵਾਸਤੇ ਅਸੀਂ ਟ੍ਰੇਨਾਂ ਬੁੱਕ ਕਰ ਲਈਆਂ ਸੀ, 2.25 ਕਰੋੜ ਰੁਪਇਆ ਸਾਈ ਫੜਾਤੀ ਸੀ, 2.25 ਕਰੋੜ ਰੁਪਇਆ ਲੈ ਕੇ ਮੁੱਕਰ ਗਏ। ਕਹਿੰਦੇ ਅਸੀਂ ਨਹੀਂ ਇੰਜਣ ਦਿੰਦੇ। ਕੋਈ ਗੱਲ ਨਹੀਂ, ਮੈਂ ਨਹੀਂ ਦਿੰਦੇ ਇੰਜਣ, ਮੈਂ ਜਹਾਜ਼ 'ਤੇ ਲੈ ਜੂੰਗਾ, ਫਿਰ ਕੀ ਕਰੋਂਗੇ? ਕਰ ਲਏ ਬੁੱਕ, ਬਸ ਥੋੜ੍ਹੇ ਜਿਹੇ ਦਿਨ ਖੜ ਜਾਓ, ਬਸ ਥੋੜ੍ਹੇ ਜਿਹੇ ਦਿਨ ਖੜ ਜਾਓ, ਜਹਾਜ਼ 'ਤੇ ਜਾਓਗੇ ਹੁਣ ਤੁਸੀਂ। ਨੱਕੇ ਤਾਂ ਤੁਸੀਂ ਲਾਏ ਨੇ 2022 'ਚ, ਜਿਹੜੇ 2022 ਵਾਲੇ ਨੱਕੇ ਨੇ ਨਾ, ਉਹ ਨਹੀਂ ਹੁਣ, ਉਹ ਨਹੀਂ ਟੁੱਟਣੇ, ਉਸੇ ਗੱਲ ਤੋਂ ਰੋਂਦੇ ਫਿਰਦੇ ਨੇ ਹੁਣ। ਐਤਕੀ ਸਿੱਧੀ ਜੀ ਗੱਲ ਹੈ, ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਊਂਸ ਕਰਨ ਲੱਗਿਆ ਤੁਹਾਡੇ ਸਾਹਮਣੇ, TV ਤੇ ਵੀ ਅੱਜ ਚੱਲੂਗਾ, ਜਾ ਕੇ ਦੇਖ ਲਿਓ, ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ, ਇਸ ਵਾਰੀ ਪੰਜਾਬ 'ਚੋਂ 13-0 ਲੋਕ ਸਭਾ 'ਚ। ਸੂਪੜੇ ਸਾਫ ਹੋਣਗੇ ਇਹਨਾਂ ਦੇ ਸਾਰਿਆਂ ਦੇ। ਮੈਨੂੰ ਲੋਕਾਂ ਨੇ ਦੱਸਤਾ, ਕਹਿੰਦੇ ਲੱਗਿਆ ਰਹਿ ਤੇਰੇ ਨਾਲ ਆ, ਪਰ ਮੈਨੂੰ ਇਦੂ ਵੱਧ ਹੋਰ ਕੀ ਚਾਹੀਦਾ, ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ, ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ? ਪੈਸੇ ਨਾਲ ਲੈ ਜਾਣੇ ਆ, ਹਵੇਲੀਆਂ ਨਾਲ ਲੈ ਜਾਂਗੇ, ਬਸ ਜੇ ਲੋਕ ਹੀ ਪਿਆਰ ਦੇ ਜਾਂਦੇ ਆ, ਇਦੂ ਵੱਡਾ ਕੀ ਹੈ? ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ, ਇਸ ਵਾਰ ਲੋਕ ਸਭਾ 'ਚ ਪੰਜਾਬ 'ਚੋਂ 13-0 ਔਰ ਤੁਹਾਡੇ ਸਾਹਮਣੇ 32 ਦੰਦ ਨੇ, ਕੇਜਰੀਵਾਲ ਦੇ ਵੀ 32 ਦੰਦ ਨੇ। ਇਸ ਤਾਂ ਲਿਖ ਕਿ ਭਾਈ ਲੋਕ ਕੋਈ ਨਾ ਕੋਈ ਬਦਲਵਾਈ ਠੀਕ ਨਹੀਂ ਹੈਗੀ, ਲੋਕ ਮਾਂਝਣਗੇ ਇਹਨਾਂ ਨੂੰ। ਐਤਕੀ ਦੇਸ਼ ਵੰਡਿਆ ਗਿਆ, 10 ਲੱਖ ਸਾਡੇ ਨਾਨੇ ਨਾਨੀਆਂ ਮਾਰੇ ਗਏ, ਅਤੇ ਤੁਸੀਂ ਕੌਣ ਹੋ ਵੀ ਇਹ ਕਹਿਣ ਵਾਲੇ ਕਿ ਭਗਤ ਸਿੰਘ ਵਾਲੀ ਝਾਕੀ ਰਿਜੈਕਟ, ਕਰਤਾਰ ਸਿੰਘ ਸਰਾਭੇ ਵਾਲੀ ਝਾਕੀ ਰਿਜੈਕਟ, ਮਾਈ ਭਾਗੋ ਵਾਲੀ ਝਾਕੀ ਰਿਜੈਕਟ, ਤੁਸੀਂ ਕੌਣ ਹੋ ਰਿਜੈਕਟ ਕਰਨ ਵਾਲੇ? ਤੁਹਾਡਾ ਕੀ ਦੇਣਾ ਦੇਸ਼ ਨੂੰ? ਮੈਂ ਕਿਹਾ ਚੱਲ ਕੋਈ ਨਹੀਂ, ਤੁਸੀਂ ਉੱਥੇ ਦਿਖਾਉਣੀ ਸੀ ਨਾ, ਹੁਣ 26 ਜਨਵਰੀ ਨੂੰ ਪਹਿਲਾਂ ਤਾਂ ਸਾਰੇ ਪੰਜਾਬ 'ਚ, ਉਹ ਤੋਂ ਬਾਅਦ ਸਾਰੇ ਪਿੰਡਾਂ 'ਚ ਤੁਹਾਡੇ ਝਾਕੀਆਂ ਆਉਣਗੀਆਂ, ਤੁਸੀਂ ਜਿੰਨਾ ਕਹੋਗੇ ਅੱਧਾ ਘੰਟਾ ਪਿੰਡ ਦੇ ਉੱਤੋਂ ਦੀ ਘੁਮਾਉਣੇ ਘੁਮਾ ਲਿਓ, ਭੇਜੂੰਗੇ ਵੀ ਆਹ ਝਾਕੀਆਂ ਸੀ, ਦੱਸੋ ਕੱਢ ਕੇ ਦਿਖਾਓ ਨੁਕਸੇ ਦੇ ਵਿੱਚ ਕੀ ਹੈ ਯਾਰ। ਪੰਜਾਬ ਦੀ ਕਿਤੇ ਕਿਸੇ ਗੱਲੋਂ ਵੀ ਆਪਾਂ ਇੱਜ਼ਤ ਡਾਊਨ ਨਹੀਂ ਕਰਨੀ, ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਸਮੁੰਦਰ ਦੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ। ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ, ਬਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਨੀਵੀਂ ਨਹੀਂ ਪੈਣ ਦੇਣੀ ਪੰਜਾਬ ਦੀ ਕਿਸੇ ਗੱਲ। ਜਦੋਂ ਨੰਬਰ ਆ ਗਏ, ਇਹ ਤੁਸੀਂ ਸੋਚ ਲਿਓ ਹੁਣ, ਜੇ ਤੁਹਾਡੇ ਬੱਚੇ ਦੇ ਜਾਂ ਬੱਚੀ ਦੇ ਨੰਬਰ ਆ ਗਏ, ਕੋਈ ਦੁਨੀਆ 'ਚ ਮਾਈ ਦਾ ਲਾਲੇ ਪੈਦਾ ਨਹੀਂ ਹੋਇਆ ਕਿ ਉਹਨੂੰ ਨੌਕਰੀ ਨਾ ਮਿਲੇ, ਕਿਉਂਕਿ ਨਾ ਤਾਂ ਕਿਸੇ ਦੀ ਸਿਫਾਰਿਸ਼ ਚੱਲੂਗੀ, ਨਾ ਕੋਈ ਪੈਸਾ ਚੱਲੂਗਾ, ਨੌਕਰੀ ਮਿਲੂਗੀ, ਨੰਬਰ ਆ ਜਾਣ ਬਸ। ਆ 700 ਨੌਕਰੀਆਂ ਕੱਲ੍ਹ ਹੀ ਦੇਖਿਆ ਪਰਸੋਂ, ਤੁਸੀਂ ਦੇਖਿਆ ਕਿਵੇਂ ਬੱਚੇ ਉਹਨਾਂ ਦੇ ਮਾਂ ਪਿਓ ਰੋਂਦੇ ਸੀ ਕਿ ਅਸੀਂ ਸੋਚਿਆ ਹੀ ਨਹੀਂ ਸੀ ਜੀ ਕਦੇ ਜ਼ਿੰਦਗੀ 'ਚ ਕਿ ਸਾਨੂੰ ਅਸੀਂ ਚਿੱਠੀ ਆ ਜਾਊਗੀ ਘਰੇ, ਅਸੀਂ ਨੌਕਰੀਆਂ ਮਿਲ ਜਾਇਆ ਕਰਨਗੀਆਂ, ਇਹ ਮਿਲ ਜਾਇਆ ਕਰਨਗੀਆਂ ਕਿ ਮਿਲਣ ਲੱਗ ਗਈਆਂ, ਕਿਉਂਕਿ ਨੀਅਤ ਸਾਫ਼ ਹੈ। ਮੈਂ ਉੱਪਰੋਂ ਨਿਤਰਿਆ ਚੰਡੀਗੜ੍ਹੋਂ, ਮੈਂ ਕਾਂਜ ਲੈ ਲਿਓ, ਮੈਂ ਚੰਡੀਗੜ੍ਹੋਂ ਨਿਤਰਿਆ ਹੋਇਆ ਪਾਣੀ ਭੇਜ ਰਿਹਾ, ਜਿੰਨਾ ਵੀ ਪਹਿਲਾਂ ਗੰਧੜਾ ਪਾਣੀ ਹੈ 75 ਸਾਲ ਦਾ, ਉਹ 'ਚ ਨਿਤਰਾ ਪਾਈ ਜਾਵਾਂਗੇ। ਹਾਂ, ਇੱਕਦਮ ਤਾਂ ਨਿਤਰਨਾ ਨਹੀਂ, ਪਰ ਘੱਟੋ ਘੱਟ ਗੰਧੜਾਪਣ ਤਾਂ ਘੱਟ ਹੋਊ ਥੋੜ੍ਹਾ ਬਹੁਤ, ਜਦੋਂ ਨਿਤਰੇ ਹੀ ਪਾਈ ਜਾਵਾਂਗੇ ਉਹਦੇ 'ਚ, ਇੱਕ ਦਿਨ ਨਿਤਰ ਜੂਗਾ ਫਿਰ ਉਹ। ਸੋ ਥੋੜ੍ਹਾ ਜਿਹਾ ਟਾਈਮ ਚਾਹੀਦਾ, ਕਈ ਵਾਰੀ ਹਾਈ ਕੋਰਟ ਵਿੱਚ ਆ ਜਾਂਦੀ ਹੈ, ਸੁਪਰੀਮ ਕੋਰਟ ਵਿੱਚ ਆ ਜਾਂਦੀ ਹੈ, ਪਰ ਮੇਰੇ ਵੱਲੋਂ ਕੋਈ ਕਮੀ ਨਹੀਂ ਇਸ ਗੱਲ 'ਚ ਕਿ ਮੈਂ ਕੋਈ ਆਪਦੇ ਵੱਲੋਂ ਇਹ ਕਮੀ ਰੱਖਾਂ ਕਿ ਐਂ ਨਹੀਂ ਕਰਨਾ, ਉਹ ਨਹੀਂ ਕਰਨਾ, ਇਹ ਪਹਿਲਾਂ ਉਹਨਾਂ ਨੇ ਕੀਤਾ। ਦੱਸੋ, ਮੈਂ ਪਹਿਲਾਂ ਵੀ ਕਹਿੰਦਾ ਰਿਹਾ ਨਵੀਆਂ ਕੰਮ ਕਰਾਂਗਾ, ਗਲੀਆਂ ਨਾਲੀਆਂ ਯਾਰ ਬਾਅਦ 'ਚ ਬਣਾ ਲਾਂਗੇ, ਸਰਕਾਰ ਗਲੀ ਵਿੱਚ ਚੱਕ ਦਿੰਦੀ ਹੈ, ਘਰ ਨੀਵੇਂ ਹੋ ਜਾਂਦੇ ਨੇ,
ਲੋਕ ਘਰੋਂ ਚਾਚਾ ਕਹਿੰਦੇ ਨੇ ਗਲੀ ਨੀਵੀਂ ਹੁੰਦੀ, ਐਂ ਚੱਲੀ ਜਾਂਦਾ ਐਂ। ਬਾਅਦ 'ਚ ਕਰ ਲਾਂਗੇ ਲਾਇਬ੍ਰੇਰੀਆਂ ਬਣਾ ਲਈਏ, ਅਗਲੀ ਗਲੀਆਂ ਨਾਲੀਆਂ ਬਾਅਦ 'ਚ ਬਣਾ ਲਾਂਗੇ, ਅਗਲੀ ਪੀੜ੍ਹੀ ਬਣਾ ਲਈਏ, ਉਹ ਆਪ ਹੀ ਕਰ ਦੇਣਗੇ ਸਾਰਾ ਕੁਛ, ਅਗਲੀ ਪੀੜ੍ਹੀ ਨੂੰ ਪੜ੍ਹਾ ਲਈਏ, ਅਫਸਰ ਬਣਾ ਲਈਏ, ਲਾਇਬ੍ਰੇਰੀਆਂ ਖੋਲ੍ਹ ਕੇ ਉੱਥੇ ਡੀ ਸੀ ਕਿਵੇਂ ਬਣਦੇ ਹਨ, ਇਸ ਤਰ੍ਹਾਂ ਦੀਆਂ ਕਿਤਾਬਾਂ ਪਈਆਂ ਨੇ, ਜਵਾਕਾਂ ਨੂੰ ਜ਼ਰੂਰ ਭੇਜਿਓ ਉੱਥੇ। ਅਫਸਰ ਕਿਵੇਂ ਬਣੀਦਾ, ਸਾਰੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਪਈਆਂ ਨੇ, ਪੁਲਿਸ 'ਚ ਭਰਤੀ ਕਿਵੇਂ ਹੋਣਾ, ਐਸ ਐਸ ਪੀ ਕਿਵੇਂ ਬਣ, ਸਾਰੀਆਂ ਕਿਤਾਬਾਂ ਪਈਆਂ ਨੇ। ਆਪਾਂ ਇੱਧਰ ਨੂੰ ਚੱਲੀਏ ਕਿ ਆਪਾਂ ਕੌਮ ਬਣਾਈਏ, ਕੌਮ ਗਲੀਆਂ ਨਾਲੀਆਂ ਬਾਅਦ 'ਚ ਬਣਾ ਲਾਂਗੇ। ਆਪਾਂ ਨੂੰ ਹੁਣ ਤਾਂ ਗਲੀਆਂ ਨਾਲੀਆਂ 'ਤੇ ਰੱਖੀ ਗਏ ਹੈ,